ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਚੈਨਲ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ੍ਹ ਹੀ ਸੀਨੀਅਰ ਅਸਿਸਟੈਂਟ ਦਾ ਜੋ ਰਿਜ਼ਲਟ ਹੈ ਉਹ ਆਊਟ ਹੋ ਗਿਆ ਸੀਗਾ, ਠੀਕ ਹੈ। ਅਤੇ ਹੁਣ ਬਹੁਤ ਸਾਰੇ ਜੋ ਬੱਚੇ ਨੇ ਉਹਨਾਂ ਨੂੰ ਵੇਟ ਹੈ ਕਿ ਕਿੰਨੀ ਕੱਟ ਆਫ ਜਾਏਗੀ, ਠੀਕ ਹੈ, ਅਤੇ ਕਿੰਨੇ ਨੰਬਰ ਵਾਲੇ ਬੱਚਿਆਂ ਨੂੰ ਟਾਈਪਿੰਗ ਵਾਸਤੇ ਬੁਲਾਇਆ ਜਾਏਗਾ, ਠੀਕ ਹੈ। ਤਾਂ ਅਗਰ ਆਪਾਂ ਰਿਜ਼ਲਟ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜੋ ਵੀ ਹਾਲੇ ਤੱਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਤਾਂ ਜੋ ਜਨਰਲ ਦੀ ਆਪਾਂ ਗੱਲ ਕਰੀਏ ਤਾਂ ਬੱਚਿਆਂ ਦੇ ਜੋ ਮਾਰਕਸ ਨੇ ਦੈਟ ਆਰ ਨੋਟ, ਮਤਲਬ ਮੈਕਸੀਮਮ ਆਪਾਂ ਗੱਲ ਕਰੀਏ ਸਾਰੇ ਰਿਜ਼ਲਟ ਦੇ ਹਿਸਾਬ 'ਤੇ, ਤਾਂ ਬਹੁਤ ਰੇਅਰ ਬੱਚਿਆਂ ਨੇ ਦੇ ਨੇ ਜੋ 80 ਪਲੱਸ ਜਾ ਰਹੇ ਨੇ, ਠੀਕ ਹੈ। ਤਾਂ ਅਪਰੋਕਸੀਮੇਟ ਆਪਾਂ ਗੱਲ ਕਰੀਏ ਜਨਰਲ ਦੀ ਜੋ ਮੈਰਿਟ ਹੈ ਉਹ 70 ਦੇ ਕਰੀਬ ਜਾਏਗੀ, ਠੀਕ ਹੈ, 70 ਜਾਂ ਆਪਾਂ ਕਹਿ ਲਈਏ 75 ਦੇ ਵਿੱਚ ਰਹਿ ਸਕਦੀ ਹੈ। ਅਤੇ ਇਹ ਅਗਰ ਕਿਸੇ ਬੱਚਿਆਂ ਦੇ ਇਹ ਵਾਲੇ ਨੰਬਰ ਨੇ ਤਾਂ ਉਹਨਾਂ ਨੂੰ ਟਾਈਪਿੰਗ ਦੀ ਤਿਆਰੀ ਆਪਦੀ ਕਰ ਲੈਣੀ ਚਾਹੀਦੀ ਹੈ ਜਲਦ ਤੋਂ ਜਲਦ। ਅਤੇ ਇਹ ਵੀ ਹੋ ਸਕਦਾ ਕਿ 65 ਤੋਂ 75 ਦੇ ਵਿੱਚ ਚੱਕ ਲੈਣ, ਠੀਕ ਹੈ, ਕਿ ਬੱਚਿਆਂ ਦੇ ਕਿੰਨੇ ਉਹਨਾਂ ਨੂੰ ਚਾਹੀਦੀਆਂ ਨੇ ਪੋਸਟਾਂ ਨੇ ਉਹਨਾਂ ਦੀ ਰੈਂਕਿੰਗ ਦੇ ਹਿਸਾਬ ਨਾਲ, ਠੀਕ ਹੈ। ਸੋ ਅਗਰ ਕਿਸੇ ਬੱਚੇ ਦੇ 65 ਤੋਂ ਲੈ ਕੇ ਅਬਵ ਨਹੀਂ ਹੈ, 65 ਤੋਂ ਅਬਵ ਮਾਰਕਸ ਨੇ, ਤਾਂ ਉਹਨਾਂ ਨੂੰ ਆਪਦੀ ਜੋ ਟਾਈਪਿੰਗ ਦੀ ਤਿਆਰੀ ਹੈ ਉਹ ਕਰ ਦੇਣੀ ਚਾਹੀਦੀ ਹੈ ਸ਼ੁਰੂ, ਠੀਕ ਹੈ। ਅਤੇ ਜੇ ਅਗਰ ਆਪਾਂ ਜਨ SC ਜਾਂ BC ਕੋਟੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੋ ਮਾਰਕਸ ਨੇ ਅਗਰ ਆਪਾਂ ਅੰਦਾਜ਼ਨ ਵੇਖੀਏ ਤਾਂ ਨੀਅਰ ਅਬਾਊਟ 50-60 ਦੇ ਜੋ ਮੈਰਿਟ ਹੈ ਉਹ ਜਾਣ ਦੇ ਚਾਂਸਿਸ ਨੇ, ਠੀਕ ਹੈ। ਸੋ ਜਿਹੜੇ ਬੱਚਿਆਂ ਦੇ 50 ਤੋਂ ਅਬਵ ਮਾਰਕਸ ਨੇ, ਠੀਕ ਹੈ, ਉਹ ਆਪਦੀ ਜੋ ਟਾਈਪਿੰਗ ਦੀ ਤਿਆਰੀ ਹੈ ਉਹ ਨਾਲ ਦੀ ਨਾਲ ਕਰ ਲੈਣ ਸ਼ੁਰੂ, ਠੀਕ ਹੈ, ਕਿਉਂਕਿ ਹੋ ਸਕਦਾ ਹੈ ਕਿ ਇਸ ਤੋਂ ਵੀ ਲੋਅ ਮੈਰਿਟ ਜਾਏ, ਬਟ ਅੰਦਾਜ਼ਨ 50 ਹੈ, ਠੀਕ ਹੈ। ਸੋ 65 ਫੋਰ ਜਨਰਲ ਐਂਡ 50 ਫੋਰ SC ਐਂਡ BC ਜੋ ਸਾਡਾ ਅੰਦਾਜ਼ਾ ਹੈ। ਅਤੇ ਅਗਰ ਆਪਾਂ ਇਕੋਨਮੀਕਲੀ ਵੀਕ ਸੈਕਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ 50-60 ਦੇ ਵਿੱਚ ਮੈਰਿਟ ਜਾਣ ਦੇ ਚਾਂਸਿਸ ਨੇ ਅਕੋਰਡਿੰਗ ਟੂ ਦਾ ਮੈਕਸੀਮਮ ਰਿਜ਼ਲਟ ਆਫ ਸਟੂਡੈਂਟਸ, ਠੀਕ ਹੈ। ਸੋ ਇਹ ਸੀਨੀਅਰ ਅਸਿਸਟੈਂਟ ਦਾ ਰਿਜ਼ਲਟ ਜੋ 28 ਤਰੀਕ ਨੂੰ ਪੇਪਰ ਹੋਇਆ ਸੀਗਾ, 28 ਜਨਵਰੀ ਨੂੰ ਉਹਦਾ ਹੈ। ਅਤੇ ਜੋ ਆਉਣ ਵਾਲਾ ਪੇਪਰ ਹੈ ਉਹਦਾ ਹਾਲੇ ਕੋਈ ਮਤਲਬ ਅੰਦਾਜ਼ਨ ਹੈ ਕਿ ਨਵੰਬਰ ਜਾਂ ਦਸੰਬਰ 'ਚ ਆਏਗਾ, ਅਤੇ ਉਹਦੀ ਵੀ ਇਸ ਰਿਜ਼ਲਟ ਦੇ ਹਿਸਾਬ 'ਤੇ ਜਿਨ੍ਹਾਂ ਬੱਚਿਆਂ ਨੇ ਭਰਿਆ ਹੈ, ਠੀਕ ਹੈ, ਇੱਥੋਂ ਹੀ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਪੇਪਰ ਦਾ ਜੋ ਲੈਵਲ ਹੈ ਉਹ ਕੀ ਰਹਿਣ ਵਾਲਾ ਹੈ ਅਤੇ ਕਿਵੇਂ ਅਗਲਾ ਪੇਪਰ ਦੀ ਤੁਸੀਂ ਤਿਆਰੀ ਕਰਨੀ ਹੈ, ਠੀਕ ਹੈ ਜੀ। ਸੋ ਉਸ ਹਿਸਾਬ ਨਾਲ ਤਿਆਰੀ ਕਰਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਸੀਂ ਬਹੁਤ ਜਲਦੀ ਜੋ ਸੀਨੀਅਰ ਅਸਿਸਟੈਂਟ ਦੇ ਲੈਵਲ ਦੇ ਹਿਸਾਬ ਨਾਲ ਕਲਾਸਿਸ ਸ਼ੁਰੂ ਕਰਾਂਗੇ, ਠੀਕ ਹੈ, ਤਾਂ ਕਿ ਆਉਣ ਵਾਲੇ ਜੋ ਪੇਪਰ ਹੈ, ਠੀਕ ਹੈ, ਉਹਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਬਿਕੋਜ਼ ਤੁਸੀਂ ਹੁਣ ਦੇ ਰਿਜ਼ਲਟ ਤੋਂ ਹਿਸਾਬ ਲਗਾ ਸਕਦੇ ਹੋ ਕਿ ਲੈਵਲ ਆਫ ਪੇਪਰ ਅਤੇ ਟਫਨੈਸ ਕਿੰਨੀ ਰਹਿਣ ਵਾਲੀ ਹੈ ਆਉਣ ਵਾਲੇ ਇਗਜ਼ਾਮਸ ਦੇ ਵਿੱਚ। ਸੋ ਅਗਰ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ, ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਸੋ ਮੱਚ।